FCI ਅਤੇ ਰਿਗੋ ਨਾਮ ਦੀ ਇੱਕ ਕੰਪਨੀ ਦੇ ਆਪਸੀ ਵਿਵਾਦ ਕਾਰਨ ਫਰੀਦਕੋਟ ਵਿੱਚ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਆਪਸੀ ਵਿਵਾਦ ਕਾਰਨ ਜਿੱਥੇ ਸ਼ੈਲਰਾਂ ਵਿੱਚ ਝੋਨੇ ਦੇ ਲੱਦੇ ਹੋਏ ਟਰੱਕਾਂ ਨੂੰ ਖਾਲੀ ਨਹੀਂ ਕਰਾਇਆ ਗਿਆ, ਉਸ ਦੇ ਰੋਸ ਵਜੋਂ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵੱਲੋਂ ਫਰੀਦਕੋਟ ਸਾਦਿਕ ਰੋਡ ਤੇ ਜਾਮ ਲਗਾ ਦਿੱਤਾ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਮੌਕੇ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ FCI ਅਤੇ ਰਿਗੋ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਅਤੇ FCI ਵਿਭਾਗ ਨੇ ਮੌਕੇ ਤੇ ਪਹੁੰਚ ਕੇ ਮੌਕਾ ਸੰਭਾਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਧਰਨਾ ਸੜਕ ਤੋਂ ਚੁਕਵਾਇਆ ਅਤੇ ਜਾਮ ਨੂੰ ਖੁਲਵਾਇਆ। ਇਸ ਦੇ ਨਾਲ ਹੀ ਮੌਕੇ ਤੇ FCI ਵਿਭਾਗ ਦੇ ਇੰਸਪੈਕਟਰ ਵੱਲੋਂ ਵਿਭਾਗ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਕੀਤੇ ਜਾਣ ਦੀ ਗੱਲ ਵੀ ਕਹੀ ਹੈ। ਇੱਥੇ ਸਾਡੇ ਫਰੀਦਕੋਟ ਸੈਂਟਰ ਦੇ ਉੱਤੇ 7000 ਗੱਡੀ ਦੀ ਸੈਂਟਰ ਰੂਮ ਦੇ ਵਿੱਚ ਰਾਈਸ ਭੁਗਤਾਉਣ ਵਾਸਤੇ ਇੱਥੇ ਸਾਡੇ ਸ਼ੈਲਰਾਂ ਦੇ ਮਿਲਰਾਂ ਦੇ ਵਿੱਚ ਸਟੈਕ ਹੋਇਆ, ਜਿਹੜਾ ਅਸੀਂ 31 ਤੱਕ ਕੰਪਲੀਟ ਕਰਕੇ ਰਾਈਸ ਸੈਂਟਰ ਪੂਲ ਦੇ ਵਿੱਚ ਸਰਕਾਰ ਨੂੰ ਵਾਪਸ ਕਰਨਾ ਹੈ। ਲੇਕਿਨ ਅੱਜ 2 ਮਹੀਨੇ ਬੀਤ ਕੇ, 1-10 ਤੋਂ ਪ੍ਰੋਕਿਓਰਮੈਂਟ ਚੱਲੀ ਹੈ, ਅੱਜ 2 ਮਹੀਨੇ ਬੀਤ ਕੇ 2 ਮਹੀਨਿਆਂ ਦੇ ਵਿੱਚ ਸਾਡਾ ਇੱਥੇ ਰਾਈਸ ਦਾ ਜਿਹੜਾ ਭੁਗਤਾਨ ਹੈ, ਰੀਗੋ ਵਾਲੇ ਜਿਹੜੇ ਕਿ ਪਨਗਰੇਨ ਦੇ ਅੰਡਰ ਆਉਂਦੇ ਕੰਮ ਗੜਾਉਣ ਉਹਨਾਂ ਕੋਲ ਹੈ, ਉਹਨਾਂ ਦਾ ਅਤੇ FCI ਦਾ ਆਪਸੀ ਦੇ ਝਗੜੇ ਕਾਰਨ ਕਰਕੇ ਸਾਨੂੰ ਅਸੀਂ ਸਫਰ ਹੋ ਰਹੇ ਹਾਂ, ਜਿਹੜੀ ਕਿ ਡੇਲੀ ਅੱਜ ਸਾਨੂੰ ਕਿੰਨੇ ਦਿਨਾਂ ਦਾ ਸਟੋਕ ਜਿਹੜਾ ਇੱਥੇ ਪਿਆ ਹੈ ਉਹ ਵੀ ਸਾਡਾ ਪਿਆ, ਉਸ ਟੈਗ ਨਹੀਂ ਕੀਤਾ ਜਿਹੜਾ ਕਿ ਕੁਆਲਿਟੀ ਦੇ ਵਿੱਚ ਪਾਸ ਹੈ, ਕਿ ਸਾਡਾ ਜਿਹੜਾ ਚੌਲ ਲਵਾਇਆ ਜਾਵੇ, ਮਾਲ ਉਹਦਾ ਡੰਪ ਕਰਾਇਆ ਜਾਵੇ, ਸਾਨੂੰ ਅੱਜ ਪਹਿਲਾਂ ਵਾਲਾ ਮਾਲ ਆ ਉਹ ਪਿਆ ਚੌਲਾਂ ਦਾ ਡਿਪੂ ਦੇ ਵਿੱਚ, ਉਹ ਸਾਡਾ ਸਟੈਗ ਨਹੀਂ ਹੋਇਆ, ਜਿੰਨੀ ਦੇਰ ਉਹ ਸਟੈਗ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਮਾਲ ਅੰਦਰ ਨਹੀਂ ਜਾਂਦਾ। ਹੁਣ SHO ਸਾਹਿਬ ਨੇ ਵਿਸ਼ਵਾਸਨ ਦਿੱਤਾ, AM ਜਸਵਿੰਦਰ ਜੀ ਨੇ ਵਿਸ਼ਵਾਸਨ ਦਿੱਤਾ ਕਿ ਮੈਂ ਤੁਹਾਡਾ ਮਸਲਾ ਜਿਹੜਾ ਅੰਦਰਲਾ ਅਸੀਂ ਤੁਹਾਡਾ ਰਾਈਸ ਟੈਗ ਕਰਾ ਦਿੰਦੇ ਹਾਂ। ਇਹ ਬਸ ਕੋਈ ਥੋੜ੍ਹੀ ਬਹੁਤੀ ਕੰਟਰੋਵਰਸੀ ਹੈ, ਨਹੀਂ ਚੱਲ ਰਹੀ ਹੈ, ਮਤਲਬ ਹਜੇ ਜੋ ਵੀ ਆਪਣੀ ਡੰਪਿੰਗ ਦਾ ਨਵਾਂ ਸਿਸਟਮ ਸ਼ੁਰੂ ਹੋਇਆ 100% ਪੇਮੈਂਟ ਦਾ, ਉਹ ਇੱਕ ਨਵਾਂ ਹੈਗਾ ਆਪਣਾ ਐਕਸਪੈਰੀਮੈਂਟ ਹੈ, ਉਹਦੇ ਕਰਕੇ ਥੋੜ੍ਹੀ ਬਹੁਤੀ ਦਿੱਕਤ ਆ ਰਹੀ ਹੈ। ਜਿਹੜੀ ਸਾਡੀ ਕੰਪਨੀ ਆ ਰੀਗੋ ਕੰਪਨੀ ਹੈ ਜਿਹੜੀ ਇੱਥੇ ਮਤਲਬ PMS ਦਾ ਕੰਮ ਜਿਹਨਾਂ ਕੋਲ ਸਾਰਾ, ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਇਹ ਹੈ ਵੀ ਇੱਕ ਦਿਨ ਪਹਿਲਾਂ ਜਿਹੜਾ ਮਾਲ ਡੰਪ ਕੀਤਾ ਉਹ ਕਹਿੰਦੇ ਵੀ ਅਸੀਂ ਨੈਕਸਟ ਡੇ ਦੁਬਾਰਾ ਦੀ ਪੇਮੈਂਟ ਕਰਾਵਾਂਗੇ। ਜਿਹੜੇ ਸਾਡੇ ਰਾਈਸ ਮਿਲਰਸ ਹੈ ਉਹਨਾਂ ਨੂੰ ਇਸ ਗੱਲ ਨਾਲ ਪ੍ਰੋਬਲਮ ਹੈ, ਉਹ ਜਲਦੀ ਮਸਲਾ ਜਿਹੜਾ ਉਹ DMFC ਨਾਲ DFSC ਨਾਲ ਡਿਸਕਸ ਹੋ ਗਿਆ, ਜਲਦੀ ਉਹ ਸੋਰਟ ਆਊਟ ਹੋ ਜੂਗਾ। ਅੱਜ ਇੱਕ ਨਾ ਡੰਪਿੰਗ ਸ਼ੁਰੂ ਕਰਨ ਲੱਗੇ ਹਾਂ, ਆ ਰਿਹਾ ਰੀਗੋ ਕੰਪਨੀ ਦਾ ਮੈਨੇਜਰ ਹੈ, ਕੱਲ੍ਹ ਤੱਕ ਸਾਰੀਆਂ ਦੀਆਂ ਧਿਰਾਂ ਉਹ ਬਹਿ ਕੇ ਮੀਟਿੰਗ ਹੋਊਗੀ, ਉਸ ਤੋਂ ਬਾਅਦ ਅਲਟੀਮੇਟਲੀ ਜਿਹੜਾ ਹੱਲ ਹੋਊਗਾ ਉਹ ਨਿਕਲਿਆ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ, ਪਹਿਰੇਦਾਰ TV।